ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਆ ਰਹੀ ਹੈ ਜਿੱਥੇ ਕਿ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਅੱਜ ਮੁਕਾਬਲਾ ਹੋਇਆ ਹੈ ਤੇ ਗੋਲੀਆਂ ਚੱਲੀਆਂ ਹਨ ਆਮੋ ਸਾਹਮਣੇ ਗੋਲੀਆਂ ਚੱਲੀਆਂ ਹਨ ਬਦਮਾਸ਼ਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਇਸ ਦੌਰਾਨ 5 ਜਣੇ ਪੁਲਿਸ ਦੇ ਹੱਥੇ ਚੜੇ ਹਨ ਜਿਨ੍ਹਾਂ ਚੋਂ ਇੱਕ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ ਇਸ ਸਾਰੇ ਮਾਮਲੇ ਸੰਬੰਧੀ ਬਟਾਲਾ ਦੇ SPD ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 5 ਬਦਮਾਸ਼ ਗੱਡੀ 'ਚ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਡੇਰਾ ਬਾਬਾ ਨਾਨਕ ਵਾਲੇ ਪਾਸੇ ਨੂੰ ਆ ਰਹੇ ਹਨ ਜਿਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੀ ਪੁਲਿਸ ਪਾਰਟੀ ਨੂੰ ਉਹਨਾਂ ਨਾਲ ਲੈ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਦਾ ਪਿੱਛਾ ਕੀਤਾ ਜਦ ਇਹ ਚੌਂਕ ਕਾਲਾਂਵਾਲੀ ਦੇ ਨੇੜੇ ਪਹੁੰਚੇ ਤਾਂ ਇਹਨਾਂ ਦੀ ਗੱਡੀ ਦੁਕਾਨ ਦੇ ਵਿੱਚ ਜਾ ਟਕਰਾਈ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ ਇਸ ਸਾਰੇ ਮਾਮਲੇ ਸੰਬੰਧੀ SPD ਨੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਇਹਨਾਂ ਇਨਫੋਰਮੇਸ਼ਨ ਸਾਡੇ ਪੈਟ ਕੁਛ ਨੌਜਵਾਨ ਜਿਹੜੇ ਆ ਗੱਡੀਆਂ 'ਚ ਆ ਰਹੇ ਨੇ ਉਹਨਾਂ ਨਾਲ ਕੋਈ ਵਾਰਦਾਤ ਵੱਡੀ ਵਾਰਦਾਤ ਕਰਨੀ ਹੈ ਉਹਦੇ ਸੰਬੰਧ 'ਚ ਅਸੀਂ ਮੈਂ DSPD ਮੇਰੇ ਨਾਲ CA ਸਟਾਫ ਦੇ ਫੋਰਸ ਪਲੱਸ DSP ਡੇਰਾ ਬਾਬਾ ਨਾਨਕ ਔਰ SHO ਡੇਰਾ ਬਾਬਾ ਨਾਨਕ ਅਤੇ SHO ਕੋਟਲੀ ਇਹ ਸਾਰਿਆਂ ਨੇ ਇੱਥੇ ਨਾਕਾ ਲਾਇਆ ਸੀ ਗੱਡੀ ਜਦੋਂ ਆਈ ਤਾਂ ਪੁਲਿਸ ਨੂੰ ਵੇਖਣ ਨਾਲ ਗੱਡੀ ਕਾਫੀ ਭਜਾਈ ਔਰ ਫਾਇਰ ਵੀ ਪੁਲਿਸ 'ਤੇ ਕੀਤਾ ਪੁਲਿਸ ਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਗੱਡੀ ਇੱਕ ਜਗ੍ਹਾ 'ਤੇ ਆ ਕੇ ਬਹੁਤ ਫਾਸਟ ਮੋਡਲ ਲੱਗੇ ਅਤੇ ਗੱਡੀ ਵੱਜ ਗਈ ਦੀਵਾਰ 'ਚ ਜਿੱਥੇ ਰੋਕੇ ਅਤੇ ਉਤਰ ਕੇ ਭੱਜ ਕੇ ਪੈਲੀਆਂ ਇਹਨਾਂ ਦੇ ਫਾਇਰਿੰਗ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਕ੍ਰੋਸ ਫਾਇਰਿੰਗ ਕੀਤੀ ਅਤੇ ਇੱਕ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਔਰ ਇਹਨਾਂ ਕੋਲੋਂ ਫਿਲਹਾਲ ਜਿਹੜੇ 2 ਵੈਪਨ ਰਿਕਵਰ ਹੋ ਚੁੱਕੇ ਆ ਔਰ ਅਜੇ ਸਰਚ ਚੱਲ ਰਹੀ ਹੈ ਤਫਤੀਸ਼ ਅਜੇ ਜਾਰੀ ਹੈ ਹੋ ਸਕਦਾ ਇਸ ਤੋਂ ਹੋਰ ਵੀ ਵੈਪਨ ਬਰਾਮਦ ਹੋ ਸਕਣ ਔਰ ਜਿਹੜੇ ਇੱਕ ਆਦਮੀ ਜਿਹੜਾ ਇੰਜਰਡ ਆ ਉਹਨੂੰ ਦਾਖਲ ਕਰਾਇਆ ਗਿਆ ਮੁਕਦਮਾ ਦਰਜ ਕਰਕੇ ਤਫਤੀਸ਼ ਇਹ 5 ਲੋਕ ਇੱਥੋਂ ਡੇਰਾ ਬਾਬਾ ਨਾਨਕ ਦੇ ਤਕਰੀਬਨ ਜੰਡ ਟੋਲੀਆਂ ਦੇ ਰਹਿਣ ਵਾਲੇ ਇਹਨਾਂ ਦੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਜਿਹੜੇ ਤਫਤੀਸ਼ ਹੁਣ ਆ ਜਾਣਗੇ ਜਿਹੜੇ ਕਲੀਅਰ ਹੋ ਜਾਏਗਾ ਜੀ ਅਤੇ ਇਹ ਇੱਕ ਸ਼ਿਵਕਰਨ ਸਿੰਘ ਕਰਨ ਹੈਗਾ ਮੇਨ ਜਿਹੜਾ ਇਹਨਾਂ ਦਾ ਇੱਕ ਹੈਗਾ ਜੀ ਆਪਣਾ ਤਰਸੇਮ ਸਿੰਘ ਸੇਵਾ ਜਿਹੜੇ ਫੜੇ ਗਏ ਨਵਦੇਵ ਸਿੰਘ ਨਵਦੀਪ ਸਿੰਘ ਲਵ ਇੱਕ ਜੀ ਅਤੇ ਇੱਕ ਲੜਕਾ ਹੈਗਾ ਜੀ ਸਾਜਨਪ੍ਰੀਤ ਸਿੰਘ ਸਾਜਨ ਔਰ ਇੱਕ 5ਵਾਂ ਸਰਬਜੀਤ ਸਿੰਘ ਸਾਧੂ ਇਹ 5 ਕਾਬੂ ਕੀਤੇ ਗਏ ਇਹਨਾਂ ਦੇ ਲੁਟੇਰੇ ਨੇ ਕੌਣ ਇਹ ਫਿਲਹਾਲ ਤਾਂ ਤਫਤੀਸ਼ ਚੱਲ ਰਹੀ ਹੈ ਜੀ ਕਲੀਅਰ ਹੋ ਜੂਗਾ ਕਿਉਂਕਿ ਇਹਨਾਂ ਦੇ ਜਿਹੜੇ ਪਹਿਲਾਂ ਵੀ ਪਰਚੇ ਕਾਫੀ 307 ਦੇ ਆ ਲੜਾਈ ਝਗੜੇ ਦੇ ਬੱਚੇ ਨਾਲ ਆਰਮਜ਼ ਐਕਟ ਦੇ ਕਾਫੀ ਮੁਕਦਮੇ ਦਰਜ ਨੇ ਅਤੇ ਇਹ ਇਸ ਤਰ੍ਹਾਂ ਲੁੱਟਾ ਖਾਵਾਂ ਔਰ ਲੜਾਈ ਝਗੜੇ ਕਰਨ ਦੇ ਆਦੀ ਨੇ ਬਾਕੀ ਤਬਦੁਰਾਨੇ ਤਫਤੀਸ਼ ਕਲੀਅਰ ਹੋ ਜੂਗੀ ਗੈਂਗਸਟਰ ਜਾਂ ਕਿਸ ਗਰੁੱਪ ਨਾਲ ਇਹ ਤਾਲੁਕਾਤ ਰੱਖਦੇ ਨੇ ਪਿੰਡ ਹੈਗਾ ਜੀ ਕਾਲੋਂ ਵਾਲੀ ਪਿੰਡ ਉਹਦੇ ਲਾਗੋਂ ਹੀ ਜਿਹੜੇ ਪਿੰਡਾਂ ਨੇ ਤਾਂ ਪੈਲੀਆਂ ਨੂੰ ਭੱਜੇ ਆ ਅਤੇ ਅੱਗੇ ਜਾ ਕੇ ਪੈਲੀਆਂ ਦੇ ਵਿੱਚ ਕੱਚੇ ਰਸਤੇ 'ਚ ਜਿਹੜੇ ਦੌੜੇ ਨੇ ਫਾਇਰਿੰਗ ਕਰਕੇ ਜਦੋਂ ਕਰਦੇ ਦੌੜੇ ਸਾਡੇ ਵੱਲੋਂ ਵੀ ਕੋਈ ਤਕਰੀਬਨ 3 ਤਾਂ ਫਾਇਰ ਕੀਤੇ ਗਏ ਸਰ ਉਹਨਾਂ ਵੱਲੋਂ ਵੀ 2-3-4 ਫਾਇਰ ਕੀਤੇ ਗਏ ਔਰ ਵੈਪਨ ਵੀ ਰਿਕਵਰ ਹੋ ਚੁੱਕਾ ਗੱਡੀ ਇੱਕ ਸਵਿਫਟ ਕਾਰ ਆਈ ਅਤੇ ਇੱਕ ਗੱਡੀ ਹੋਰ ਅਜੇ ਉਹ ਕਰ ਰਹੇ ਚੱਲੇ ਸ਼ਾਇਦ ਹਾਂਜੀ ਪਤਾ ਲੱਗਾ ਸੀ ਇਹਨਾਂ ਨੇ ਕੋਈ ਸ਼ਾਇਦ ਕਿਸੇ ਗਰੁੱਪ ਨਾਲ ਕੋਈ ਲੜਾਈ ਝਗੜਾ ਹੋਵੇ ਜਾਂ ਕਿਤੇ ਇਹਨਾਂ ਨੇ ਕੋਈ ਲੁੱਟ ਖੋ ਕਰਨੀ ਹੋਏ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਈ ਸੀ ਇਹ ਚੱਲ ਰਹੀ ਤਫਤੀਸ਼ ਦਾ ਪਾਰਟ ਆ ਵੈਪਨ ਫਿਲਹਾਲ 2 ਹੋਏ ਗਏ ਹੋਰ ਵੀ ਸ਼ਾਇਦ ਆ ਸਕੇ ਅਜੇ ਚੱਲ ਰਹੀ ਜੀ ਤਫਤੀਸ਼ ਉਹਦਾ ਕਲੀਅਰ ਕਰ ਲਾਂਗੇ ਜਿਹੜੇ ਰਿਕਵਰ ਹੋਏ ਉਹ ਵੀ ਕਲੀਅਰ ਕਰਨ ਵਾਲੇ ਚੱਲ ਰਹੀ ਕਿਉਂਕਿ ਤਫਤੀਸ਼ ਚੱਲ ਰਹੀ ਹੈ ਬੀਮਾ ਜਿਹਾ ਸਾਡੀਆਂ ਬਾਹਰ ਹੀ ਹੈ ਚੱਲ ਰਹੀ ਕੋਟਰੀ ਸੂਰਤਮੱਲੀ ਤੋਂ ਮਨਿੰਦਰਪਾਲ ਸਿੰਘ ਅਤੇ ਡੇਰਾ ਬਾਬਾ ਨਾਨਕ ਤੋਂ ਕਵਲਜੀਤ ਸਿੰਘ ਦੇ ਨਾਲ ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ ਪੰਜਾਬ ਟੁਡੇ।